ਬਠਿੰਡਾ ਪੁਲਿਸ ਨੇ ਸਪਾ ਸੈਂਟਰ ਦੀ ਆੜ ਹੇਠ ਜਿਸਮ ਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਇਸ ਧੰਦੇ ਵਿੱਚ ਸ਼ਾਮਲ 5 ਔਰਤਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੇਸ਼ ਹੈ ਇਸ ਸੰਬੰਧੀ ਸਾਡੇ ਪੱਤਰਕਾਰ ਕੈਮਰਾਮੈਨ ਯਸ਼ਪਾਲ ਦੇ ਨਾਲ ਧਰਮਿੰਦਰ ਵਿੱਕੀ ਦੀ ਵਿਸ਼ੇਸ਼ ਰਿਪੋਰਟ। ਸ਼੍ਰੀ MF ਫਾਰੂਕੀ ਸਾਹਿਬ IPS IGP ਬਠਿੰਡਾ ਰੇਂਜ ਅਤੇ ਡਾਕਟਰ ਸਰਦਾਰ ਨਾਨਕ ਸਿੰਘ ਜੀ IPS SSP ਸਾਹਿਬ ਬਠਿੰਡਾ ਜੀ ਦੀ ਰਹਿਨਮਾਈ ਹੇਠ ਅਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ DSP ਸ਼੍ਰੀਮਤੀ ਮਨਜੋਤ ਕੌਰ ਹੈੱਡਕੁਆਟਰ ਬਠਿੰਡਾ ਅਤੇ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਇੰਚਾਰਜ CIA 1 ਬਠਿੰਡਾ ਨੇ ਥਾਣਾ ਕੁਤਵਾਲੀ ਦੀ ਪੁਲਿਸ ਨਾਲ ਮਿਲ ਕੇ ਸਾਂਝੇ ਤੌਰ 'ਤੇ ਲਿਬਰਟੀ ਚੌਂਕ ਵਿਖੇ ਨਾਕਾ ਲਗਾਇਆ ਹੋਇਆ ਸੀ। ਉਹਨਾਂ ਨੂੰ ਮੌਕੇ 'ਤੇ ਮੁੱਖ ਵਰਖਾਸ ਨੇ ਆ ਕੇ ਸੂਚਨਾ ਦਿੱਤੀ ਕਿ ਜੇਕਰ ਤੁਸੀਂ ਮਿੱਤਲ ਮਾਲ ਦੇ ਕੋਲ ਚੱਲ ਰਹੇ ਸਪਾ ਸੈਂਟਰ ਓਮ ਡੇ ਸਪਾ ਸੈਂਟਰ ਹੈ ਉਸ ਵਿੱਚ ਜੇਕਰ ਹੁਣੇ ਹੀ ਰੇਡ ਕਰੋ ਤਾਂ ਉਸ ਸੈਂਟਰ ਦੇ ਮਾਲਕ ਅਤੇ ਕੁਝ ਬਾਹਰਲੇ ਰਾਜਾਂ ਤੋਂ ਲੇਡੀਜ਼ ਨੂੰ ਲਿਆ ਕੇ ਉਹਨਾਂ ਦੇ ਨਾਲ ਜਿਸਮ ਫਰੋਸ਼ੀ ਦਾ ਧੰਦਾ ਕਰਵਾਇਆ ਜਾ ਰਿਹਾ ਹੈ। ਜੇਕਰ ਹੁਣੇ ਹੀ ਰੇਡ ਕਰੋ ਤਾਂ ਤੁਸੀਂ ਰੰਗੇ ਹੱਥੀਂ ਇਹਨਾਂ ਬਾਹਰਲੇ ਰਾਜਾਂ ਤੋਂ ਆਈਆਂ ਹੋਈਆਂ ਲੜਕੀਆਂ ਨੂੰ ਅਤੇ ਮਾਲਕਾਂ ਨੂੰ ਅਤੇ ਗਾਹਕਾਂ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਸਕਦੇ ਹੋ। ਭਰੋਸੇਯੋਗ ਸੂਚਨਾ ਹੋਣ ਸਦਕਾ ਥਾਣਾ ਕੁਤਵਾਲੀ ਦੇ ਵਿੱਚ ਮੁਕੱਦਮਾ ਨੰਬਰ 26 ਮਿਤੀ 4 ਮਾਰਚ 2019 ਅੰਡਰ ਸੈਕਸ਼ਨ 3/4/5 ਇਮੋਰਲ ਟ੍ਰੈਫਿਕਿੰਗ ਐਂਡ ਪ੍ਰੀਵੈਂਸ਼ਨ ਐਕਟ 1956 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਅਤੇ ਸੂਚਨਾ ਭਰੋਸੇਯੋਗ ਹੋਣ ਸਦਕਾ ਇਹਨਾਂ ਨੇ ਇੱਕ ਫਰਜ਼ੀ ਏਜੰਟ ਨੂੰ ਉਸ ਸਪਾ ਸੈਂਟਰ ਦੇ ਵਿੱਚ ਭੇਜਿਆ ਜੋ ਕਿ ਘਟਨਾ ਸੱਚੀ ਹੋਣ ਸਦਕਾ ਮੌਕੇ 'ਤੇ ਰੇਡ ਕੀਤਾ ਅਤੇ ਮੌਕੇ ਤੋਂ 5 ਬਾਹਰਲੇ ਸਟੇਟਾਂ ਦੀਆਂ ਲੜਕੀਆਂ ਨੂੰ ਜਿਨ੍ਹਾਂ ਵਿੱਚ 2 ਉੱਤਰ ਪ੍ਰਦੇਸ਼ ਦੀਆਂ ਲੜਕੀਆਂ, 1 ਮਿਜ਼ੋਰਮ ਦੀ ਲੜਕੀ, 1 ਨਾਗਾਲੈਂਡ ਦੀ ਲੜਕੀ ਅਤੇ 1 ਦਾਰਜਲਿੰਗ ਦੀ ਲੜਕੀ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਜੋ ਇਸ ਸਪਾ ਸੈਂਟਰ ਚਲਾਉਣ ਦੇ ਮਾਲਕ ਰਾਜੂ ਉਰਫ ਸੋਨੀ ਅਤੇ ਵਤਨ ਕੁਮਾਰ ਸਨ ਉਹ ਮੌਕੇ 'ਤੇ ਹਾਜ਼ਰ ਨਹੀਂ ਮਿਲੇ। ਭੱਜਣ ਵਿੱਚ ਕਾਮਯਾਬ ਹੋਏ ਨੇ ਲੇਕਿਨ ਪੁਲਿਸ ਪਾਰਟੀ ਉਹਨਾਂ ਨੂੰ ਵੀ ਦਬੋਚਣ ਵਿੱਚ ਆਲਰੇਡੀ ਪਾਰਟੀ ਜਿਹੜੀ ਪੁਲਿਸ ਦੀ ਪਾਰਟੀ ਬਣਾ ਕੇ ਭੇਜ ਦਿੱਤੀ ਗਈ ਹੈ। ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਨਹੀਂ, ਇਹਨਾਂ ਦੇ ਖਿਲਾਫ਼ ਕੋਈ ਵੀ ਹਾਲੇ ਤੱਕ ਪਰਚਾ ਦਰਜ ਨਹੀਂ ਸੀਗਾ। ਇਹ ਪਹਿਲੀ ਵਾਰ ਇਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ। ਜਿਉਂ ਹੀ ਸਾਨੂੰ ਕੋਈ ਸੂਚਨਾ ਹੋਰ ਰੈਕੇਟਸ ਦੇ ਚੱਲਣ ਬਾਰੇ ਮਿਲਦੀ ਹੈ ਤਾਂ ਅਸੀਂ ਇਮੀਡੀਏਟਲੀ ਉਹਨਾਂ ਦੇ ਖਿਲਾਫ਼ ਹੀ ਸਖ਼ਤ ਕਾਰਵਾਈ ਕਰਾਂਗੇ ਅਤੇ ਕਿਸੇ ਕਿਸਮ ਦਾ ਕਿਸੇ ਦੇ ਖਿਲਾਫ਼ ਲਿਹਾਜ਼ ਨਹੀਂ ਕੀਤਾ ਜਾਵੇਗਾ। ਇਹਨਾਂ ਨੂੰ ਅਸੀਂ ਜਦੋਂ ਇਸ ਸਪਾ ਸੈਂਟਰ ਦੇ ਵਿੱਚ 1.5 ਸਾਲ ਤੋਂ ਜੋ ਲੜਕੀ ਕੰਮ ਕਰ ਰਹੀ ਹੈ ਉਸਨੇ ਸਾਨੂੰ ਦੌਰਾਨੇ ਪੁੱਛਗਿੱਛ ਦੱਸਿਆ ਕਿ ਮੈਂ ਆਪਣੀਆਂ ਜੋ ਕੁਝ ਕੁਲੀਗ ਸੀ ਜਾਂ ਜਿਵੇਂ ਪਹਿਲੇ ਕਿਸੇ ਹੋਰ ਸੈਂਟਰ ਦੇ ਵਿੱਚ ਦਿੱਲੀ ਜਾਂ ਕਿਸੇ ਹੋਰ ਥਾਂ 'ਤੇ ਕੰਮ ਕੀਤਾ ਉਹਨਾਂ ਨੂੰ ਕੁਲੀਗਜ਼ ਨੂੰ ਇਹਨਾਂ ਨੇ ਕਾਲ ਕੀਤਾ ਕੋਈ 3-4 ਦਿਨ ਤੋਂ ਕੋਈ 15 ਦਿਨਾਂ ਤੋਂ ਇੱਥੇ ਲੜਕੀ ਆਈ ਸੀ ਜਿਹੜੀਆਂ ਅਸੀਂ ਮੌਕੇ 'ਤੇ ਰਾਊਂਡ ਅਪ ਕੀਤੀਆਂ। ਇਹਨਾਂ ਦੀ ਅਪਰੋਕਸੀਮੇਟ 18 ਤੋਂ 22-23 ਸਾਲ ਦੇ ਦਰਮਿਆਨ ਜਾਂ 25 ਸਾਲ ਦੇ ਵਿੱਚ ਸਾਰੀਆਂ ਲੜਕੀਆਂ ਦੀ ਉਮਰ ਹੈ। 5 ਲੜਕੀਆਂ ਮੌਕੇ 'ਤੇ ਮਿਲੀਆਂ ਨੇ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਯੂਟਿਊਬ ਚੈਨਲ ਦੇਸ਼ ਵਿਦੇਸ਼ TV ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕੀਤਾ ਜਾਵੇ। He's here. Are you sure? Don't worry, I'll get him. He's coming. We are ready. दौड़ेगा भागेगा बाबा ऑल सीजन्स के लिए कुछ भी करेगा। आई एम अ मैन ऑफ ऑल सीजन्स।